14 ਮਾਰਚ ਨੂੰ ਅੰਮ੍ਰਿਤਸਰ ਗੇਟ ਹਕੀਮਾਂ ਦੇ ਅੰਡਰ ਇੱਕ ਕਤਲ ਹੋ ਜਾਂਦਾ ਹੈ, ਬੜਾ ਸਨਸਨੀ ਫੈਲਦੀ ਹੈ ਕਿ ਆਖਿਰਕਾਰ ਕਿਸ ਤਰ੍ਹਾਂ ਗੈਂਗਸਟਰਾਂ ਨੂੰ ਨੱਥ ਨਹੀਂ ਪਾਈ ਜਾ ਰਹੀ। ਪੁਲਿਸ ਵੱਲੋਂ ਇਸ ਮਾਮਲੇ ਨੂੰ ਹੱਲ ਕਰ ਲਿਆ ਗਿਆ, 3 ਜਿਹੜੇ ਆ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, 1 ਜਿਹੜਾ ਦੋਸ਼ੀ ਸੀ ਉਹਦੇ ਉੱਤੇ ਕਈ ਸੰਗੀਨ ਮਾਮਲੇ ਦਰਜ ਨੇ। ਸਾਡੇ ਨਾਲ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ। ਭੁੱਲਰ ਸਾਹਿਬ, ਇਹ ਬੜੀ ਸਨਸਨੀ ਫੈਲੀ ਸੀ ਰਾਤ ਨੂੰ, ਵਾਕਿਆ ਹੁੰਦਾ 14 ਮਾਰਚ ਨੂੰ ਕਿ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਹੈ, ਸ਼ਰੇਆਮ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ ਜਾਂਦਾ, ਅਤੇ ਕਿਸ ਤਰ੍ਹਾਂ ਕੀ ਉਹ ਕੋਈ ਗੈਂਗਵਾਰ ਸੀ ਅਤੇ ਪੁਲਿਸ ਨੂੰ ਕਿੰਨੀ ਮੁਸ਼ਕਲ ਆਈ ਇਹਨੂੰ ਟਰੇਸ ਕਰਨ ਲੱਗਿਆ? ਦੇਖੋ, ਇੱਕ ਸੈਂਸੇਸ਼ਨਲ ਮਰਡਰ ਤਾਂ ਸੀਗਾ ਹੀ, ਪਰ ਅਸੀਂ ਬੜੀ ਜਲਦੀ ਸਤਰਕ ਤਰੀਕੇ ਨਾਲ ਉਹਦੀ ਪ੍ਰੋਫੈਸ਼ਨਲੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਔਰ ਸਾਡੀ ਟੀਮ ਡਾਕਟਰ ਪ੍ਰਗਿਆ ਜੈਨ, ਡਾਕਟਰ ਦਰਪਨ ਔਰ ਸੁਰਿੰਦਰ, ਸਾਡੇ ACP ਅਮੋਲਕ, ਸਾਡੇ ਇੰਸਪੈਕਟਰ CIA ਔਰ ਸਤਨਾਮ SHO ਗੇਟ ਹਕੀਮਾਂ, ਇਹਨਾਂ ਨੇ ਬੜੀ ਮਿਹਨਤ ਕੀਤੀ ਸਾਰਿਆਂ ਨੇ, ਔਰ ਵੱਖ ਵੱਖ ਟੀਮਾਂ ਬਣਾਈਆਂ ਜਿਸ 'ਚ ਅਸੀਂ ਸਾਹਿਲਪ੍ਰੀਤ ਸੋਹੀ ਜਿਹੜਾ ਮੇਨ ਅਕਿਊਜ਼ਡ ਹੈ ਜਿਹਨੇ ਮਰਡਰ ਕੀਤਾ, ਉਹਨੂੰ ਅਸੀਂ ਦਿੱਲੀ ਤੋਂ, ਸਾਊਥ ਦਿੱਲੀ ਤੋਂ ਫੜ ਕੇ ਲਿਆਂਦਾ, ਔਰ ਵੈਪਨ ਆਫ ਓਫੈਂਸ ਵੀ ਉਹ ਤੋਂ ਰਿਕਵਰ ਹੋਇਆ ਅਲੋਂਗ ਵਿਦ 2 ਲਾਈਵ ਰਾਊਂਡਸ। ਮੋਟਰਸਾਈਕਲ ਦੇ ਨਾਲ ਜਿਹੜਾ ਅਭੀ ਅਤੇ ਦੂਸਰਾ ਲੜਕਾ ਹੈਗਾ ਇੱਕ ਹੋਰ ਇਨਵੋਲਵ, ਉਹਨਾਂ ਨੂੰ ਅਸੀਂ ਫਤਿਹਪੁਰ ਦੇ ਏਰੀਏ 'ਚੋਂ ਉਹਨਾਂ ਨੂੰ ਵੀ ਅਰੈਸਟ ਕਰ ਲਿਆ, ਔਰ ਜਿਹੜਾ ਬਾਈਕ ਯੂਜ਼ਡ ਹੋਇਆ ਕ੍ਰਾਈਮ 'ਚੋਂ ਵੀ ਰਿਕਵਰ ਹੋਇਆ। ਬੇਸਿਕਲੀ ਸਾਹਿਲਪ੍ਰੀਤ ਦੇ ਖਿਲਾਫ਼ 8 ਮੁਕੱਦਮੇ ਪੁਰਾਣੇ ਦਰਜ ਆ, ਜਿਹ 'ਚ ਇੱਕ ਬੀ ਡਿਵੀਜ਼ਨ ਦਾ ਲੇਟੈਸਟ ਹੈਗਾ, 307 ਦਾ ਮੁਕੱਦਮਾ ਅਸੀਂ ਦਰਜ ਕੀਤਾ ਸੀ ਜਦੋਂ ਇਹਨੇ ਕਿਸੇ ਦੇ ਘਰ ਦੇ ਬਾਹਰ ਜਾ ਕੇ ਗੋਲੀਆਂ ਚਲਾਈਆਂ ਸੀ। ਉਹ 'ਚ ਇੱਕ ਵਾਂਟਡ ਹੈ, ਬਾਕੀ ਕੇਸਾਂ 'ਚ ਬੇਲ 'ਤੇ ਆਇਆ ਹੋਇਆ। ਔਰ ਇਹਨਾਂ ਨੂੰ ਜਿਹੜਾ ਜੇ ਪਿਛੋਕੜ 'ਚ ਵੱਲ ਲੈ ਕੇ ਜਾਈਏ, ਇਹਦੇ 'ਚ ਲੜਾਈਆਂ ਝਗੜਿਆਂ ਦੇ, ਕਬਜ਼ੇ ਦੇ ਔਰ ਨਜਾਇਜ਼ ਹਥਿਆਰ ਦੇ ਔਰ ਸਨੈਚਿੰਗ ਦੇ ਮੁਕੱਦਮੇ ਦਰਜ ਨੇ। ਔਰ ਜੋ ਰੰਜਿਸ਼ ਇਹਨਾਂ ਨੇ ਦੱਸੀ ਹੈ ਕਿ ਜਿਹੜਾ ਵੇਨੂ ਮਰਨ ਵਾਲਾ ਲੜਕਾ ਸੀਗਾ, ਉਹਦੇ ਨਾਲ ਨਹੀਂ ਸੀਗੀ, ਦੂਸਰੇ ਨਾਲ ਸੀਗੇ ਜਿਹੜੇ ਨਾਲ ਉਹਦੇ ਬੈਠੇ ਸੀ ਕੋ ਪੈਸੰਜਰਸ, ਔਰ ਅਨਫੋਰਚੁਨੇਟਲੀ ਗੋਲੀ ਉਹਦੇ ਦੂਸਰੇ ਦੇ ਲੱਗ ਗਈ। ਤਾਂ ਉਹ ਸਾਰੀ ਐਂਗਲ ਦੇਖ ਕੇ ਅਸੀਂ ਅੱਗੇ ਫਰਦਰ ਇਹਦੀ ਜਿਹੜੀ ਇਨਵੈਸਟੀਗੇਸ਼ਨ ਡੀਪਲੀ ਕਰਨੀ ਹੈ ਹੁਣ, ਕਿਉਂਕਿ ਹੁਣ ਪੇਸ਼ ਕਰਕੇ ਰਿਮਾਂਡ ਕੀ ਲੈਣਾ, ਫਿਰ ਵਜ੍ਹਾ ਰੰਜਿਸ਼ ਵੀ ਲੈ ਕੇ ਆਉਣੀ ਹੈ ਰਿਕਾਰਡ 'ਤੇ, ਔਰ ਜਿਹੜੇ ਬੰਦੇ ਕੌਨਸਪਰੇਸੀ ਦਾ ਪਾਰਟ ਨੇ ਉਹ ਵੀ ਸਾਰੇ ਔਨ ਰਿਕਾਰਡ ਲਿਆ ਕੇ, ਜਿਹਦਾ ਜਿਹਾ ਜੋ ਰੋਲ ਆ ਉਹਨਾਂ ਦੇ ਖਿਲਾਫ਼ ਉਸ ਤਰ੍ਹਾਂ ਐਕਸ਼ਨ ਲਿਆ ਜਾਏ। ਸਾਹਿਬ, ਇਹ ਲੀਗਲ ਵੈਪਨ ਸੀਗਾ ਜਿਹੜਾ, ਕਿੱਥੋਂ ਇਹਨਾਂ ਨੇ ਲਿਆ ਸੀਗਾ, ਕੀ ਇਹਦੇ ਕੀ ਸਾਹਮਣੇ ਆਇਆ, ਅਤੇ ਕਿਆ ਇਹਨੂੰ ਕਿਸੇ ਗੈਂਗਵਾਰ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਜੀ? ਗੈਂਗਵਾਰ ਤਾਂ ਨਹੀਂ ਹੈ, ਲੋਕਲ ਜਿਵੇਂ ਰੰਜਿਸ਼ ਹੋ ਜਾਂਦੀ ਹੈ ਲੜਕਿਆਂ ਦੀ, ਆਮ ਯੰਗਸਟਰਸ ਦੀ, ਬਟ ਵੈਪਨ ਦੀ ਅਜੇ ਥੋੜ੍ਹਾ, ਕਿਉਂਕਿ ਟੂ ਅਰਲੀ ਆ, ਅੱਜ ਤਾਂ ਬ੍ਰੇਕ ਕੀਤੀ ਤੁਹਾਡੇ ਨਾਲ ਨਿਊਜ਼, ਬਿਕੋਜ਼ ਹੁਣੀ ਪਾਰਟੀ ਵਾਪਸ ਆਈ ਹੈ, ਰਿਮਾਂਡ ਲੈ ਕੇ ਸਾਰੀ ਗੱਲ ਇਹ ਵੈਰੀਫਾਈ ਹੋਏਗੀ, ਬੈਕ ਟਰੈਕ ਵੀ ਕਰਾਂਗੇ, ਲਿੰਕੇਜਸ ਵੀ ਕੱਢਾਂਗੇ ਕਿ ਕਿੱਥੋਂ ਵੈਪਨ ਆਇਆ। ਸਾਹਿਬ, ਜਿਹੜੇ 2 ਹੋਰ ਦੋਸ਼ੀ ਨੇ ਉਹ ਫੜੇ ਗਏ, ਉਹਨਾਂ ਦੇ ਉੱਤੇ ਵੀ ਕੋਈ ਮਾਮਲੇ ਦਰਜ ਨੇ ਜੀ? 1 ਦੇ ਹੈਗਾ ਜੀ ਲੜਕੇ ਦੇ, ਉਹਦੇ ਉਹ ਵੀ 336 ਦਾ ਹੈਗਾ ਕਿ ਹਵਾਈ ਫਾਇਰ ਕਰਨ ਦਾ। ਭੁੱਲਰ ਸਾਹਿਬ, ਇਹ ਹੈਬਚੁਅਲ ਕ੍ਰਿਮੀਨਲ ਨੇ, ਦੇਖੋ ਵਾਰ ਵਾਰ ਕ੍ਰਾਈਮ ਕਰਦੇ ਹੈ, ਥ੍ਰੈਟ ਟੂ ਸੁਸਾਇਟੀ ਹੈ, ਇਹ ਕਿਸ ਤਰ੍ਹਾਂ ਵਾਰ ਵਾਰ ਇਹਨਾਂ ਨੂੰ ਬੇਲ ਕਿਉਂ ਮਿਲ ਜਾਂਦੀ? ਕਿਉਂਕਿ ਜਦਕਿ ਮਾਨਯੋਗ ਹਾਈਕੋਰਟ ਨੇ ਵੀ ਕਿਹਾ ਜਿਹੜੇ ਹੈਬਚੁਅਲ ਕ੍ਰਿਮੀਨਲ ਨੇ ਉਹਨਾਂ ਨੂੰ ਬੇਲ ਨਾ ਦਿੱਤੀ ਜਾਏ। ਦੇਖੋ, ਇਹ ਮੇਰਾ ਸਬਜੈਕਟ ਮੈਟਰ ਨਹੀਂ, ਇਹ ਜੁਡੀਸ਼ੀਅਲ ਮੈਟਰ ਹੈਗਾ, ਮੈਂ ਇਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ, ਪਰ ਅਸੀਂ ਜੋ ਵੀ ਕਾਨੂੰਨ ਦੀ ਪ੍ਰਕਿਰਿਆ ਹੈਗੀ ਹੈ, ਪ੍ਰੋਵੀਜ਼ਨਸ ਹੈ, ਉਹਦੇ 'ਤੇ ਪੂਰਾ ਲਾਗੂ ਕਰਾ ਕੇ, ਔਰ ਜਿਹੜੇ ਸਾਨੂੰ ਜੋ ਵੀ ਪ੍ਰੋਵੀਜ਼ਨਸ ਲਾਅ ਦਿੰਦਾ ਉਹਦੇ ਮੁਤਾਬਕ ਪੁਲਿਸ ਕਾਰਵਾਈ ਕਰਦੀ ਹੈ। ਇੱਕ ਹੋਰ ਸਵਾਲ ਹੈ ਜੀ, ਪੰਜਾਬ ਪੁਲਿਸ ਜਾਂਬਾਜ਼ ਪੁਲਿਸ ਮੰਨੀ ਜਾਂਦੀ ਹੈ, ਇਹ ਗੈਂਗਸਟਰ ਜਿਹੜੇ ਬੜੀ ਥ੍ਰੈਟ ਨੇ, ਮੈਂ ਦੁਬਾਰਾ ਉਹੀ ਆਪਣੇ ਸਵਾਲ 'ਤੇ ਆ ਰਿਹਾ, ਕਿਆ ਕੋਈ ਇਸ ਤਰ੍ਹਾਂ ਦੀ ਪਲਾਨਿੰਗ ਪੁਲਿਸ ਕਰ ਰਹੀ ਜਿਹੜੇ ਹੈਬਚੁਅਲ ਕ੍ਰਿਮੀਨਲ ਜਿਹੜੇ ਬਾਹਰ ਫੈਲੇ, ਚਾਹੇ ਉਹ ਬੇਲ 'ਤੇ ਨੇ, ਚਾਹੇ ਉਹ ਜਿਵੇਂ ਅਕਿਊਜ਼ ਤੁਸੀਂ ਦੱਸਿਆ ਵੀ 307 ਦਾ ਉਹ ਸੀਗਾ, ਪਰ ਇਹਨਾਂ ਦੇ ਉੱਤੇ ਨਜ਼ਰ ਰੱਖਣ ਵਾਸਤੇ, ਤਾਂ ਕਿ ਇਹਨਾਂ ਨੂੰ ਵੀ ਕੋਈ ਡਰ ਰਹੇ, ਇਹ ਥੋੜ੍ਹੀ ਹੈ ਵੀ ਪਿਸਟਲ ਕੱਢੀ ਅਤੇ ਗੋਲੀ ਮਾਰ ਦਿਓ ਅਤੇ ਬੰਦਾ ਮਾਰ ਦਿਓ ਜੀ? ਦੇਖੋ, ਅਸੀਂ ਪੰਜਾਬ ਪੁਲਿਸ ਤੁਸੀਂ ਠੀਕ ਹੈ, ਜਾਂਬਾਜ਼ ਪੁਲਿਸ ਹੈ, ਉਸੇ ਕਰਕੇ ਤੁਸੀਂ ਦੇਖੋ ਕਿੰਨੀਆਂ ਰਿਕਵਰੀਜ਼ ਹੋਈਆਂ ਪਿਛਲੇ ਸਮੇਂ 'ਚ, ਔਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਇਸ ਗੱਲ 'ਤੇ ਵਚਨਬੱਧ ਆ, ਸੀ ਸਾਡੇ ਮਾਨਯੋਗ DG ਸਾਹਿਬ ਦੇ ਆਰਡਰ ਵੀ ਨੇ, ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ, ਔਰ ਉਸ 'ਚ ਬਹੁਤ ਸਕਸੈਸ ਮਿਲੀ ਹੈ, ਕਿੰਨੇ ਲੋਕ ਅਰੈਸਟ ਹੋ ਚੁੱਕੇ, 80 ਦੇ ਕਰੀਬ ਆਪਾਂ ਵੈਪਨ ਪਹਿਲਾਂ ਫੜ ਚੁੱਕੇ ਹਾਂ,
ਚਾਹੇ ਡਰੱਗ ਫਰੰਟ 'ਤੇ ਵੀ ਤੁਸੀਂ ਦੇਖੋ ਕਿੰਨੀਆਂ ਰਿਕਵਰੀਜ਼ ਹੋਈਆਂ। ਸੋ ਮੈਨੂੰ ਬੜਾ ਮਾਣ ਹੈ ਫੋਰਸ 'ਤੇ, ਔਰ ਇਹ ਜਿਹੜੇ ਸਾਰੇ ਬੰਦੇ ਇਹਨਾਂ ਦੇ ਖਿਲਾਫ਼ ਚਾਹੇ ਪ੍ਰਿਵੈਂਟਿਵ ਹੋਵੇ ਚਾਹੇ ਜੋ ਇਹਨਾਂ ਦਾ ਅਫੈਂਸ ਆ ਉਹਦੇ ਮੁਤਾਬਕ ਇਹਨਾਂ ਦੀ ਅਰੈਸਟ ਹੋਣ, ਉਹ ਸਾਰੀ ਅਸੀਂ ਸਪੈਸ਼ਲ ਕੈਂਪੇਨ ਚਲਾ ਰਹੇ ਹਾਂ। ਕੋਈ ਜੇਲ੍ਹ 'ਚ ਇਹਨਾਂ ਦਾ ਕੋਈ ਨੈਟਵਰਕ ਸਾਹਮਣੇ ਆਇਆ ਬੰਦਿਆਂ ਦਾ ਜੀ? ਨਹੀਂ, ਜੇਲ੍ਹ ਵਾਲੀ ਕੋਈ ਗੱਲ ਨਹੀਂ ਹੈ। ਇੱਕ ਲਾਸਟ ਸਵਾਲ ਹੈ ਜੀ, ਕੋਡ ਆਫ ਕੰਡਕਟ ਲੱਗ ਚੁੱਕਿਆ, ਕਿਆ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ? ਦੇਖੋ, ਅਸੀਂ ਤਾਂ ਸਾਰੇ ਮਾਣਯੋਗ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਫਰੀ ਐਂਡ ਫੇਅਰ ਪੋਲਸ ਹੋਣੀਆਂ ਚਾਹੀਦੀਆਂ, ਔਰ ਜਿਹੜੇ ਵੀ ਚਾਹੇ ਨੋਨ ਅਵੇਲੇਬਲ ਵਾਰੰਟਸ ਨੇ, ਚਾਹੇ ਵੈਪਨ ਡਿਪੋਜ਼ੀਸ਼ਨ ਹੈ, POs ਨੇ, ਔਰ ਜੋ ਵੀ ਟਰਬਲ ਮੇਕਰ ਨੇ, ਸਭ ਦੇ ਖਿਲਾਫ਼ ਐਕਸ਼ਨ ਚੱਲ ਰਿਹਾ। ਇਹ ਸਨ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ। ਦੇਖੋ ਕਿਸ ਤਰ੍ਹਾਂ ਇੱਕ ਮਰਡਰ ਹੋ ਜਾਂਦਾ ਹੈ 14 ਮਾਰਚ ਨੂੰ ਗੇਟ ਹਕੀਮਾ ਦੇ, ਅਤੇ ਕਿਸ ਹੁਣ 3 ਬੰਦੇ ਜਿਹੜੇ ਫੜੀ ਗਏ ਨੇ, ਇੱਕ ਪੁਲਿਸ ਨੇ, ਇੱਕ ਬੰਦਾ ਜਿਹੜਾ ਦਿੱਲੀ ਜਾ ਕੇ ਫੜਿਆ, ਵੈਪਨ ਉਹ ਗੋਲੀ ਮਾਰ ਕੇ ਦਿੱਲੀਓਂ ਭੱਜ ਜਾਂਦਾ ਹੈ। ਉਹਦੇ ਉੱਪਰ ਪਹਿਲੇ ਵੀ ਕਈ ਮਾਮਲੇ ਦਰਜ ਨੇ, 307 ਵਰਗੇ ਸੰਗੀਨ ਮਾਮਲੇ ਉੱਤੇ ਦਰਜ ਨੇ। ਮਾਣਯੋਗ ਅਦਾਲਤਾਂ ਨੂੰ ਵੀ ਵੇਖਣਾ ਪਏਗਾ ਕਿ ਆਖਿਰਕਾਰ ਜਿਹੜੇ ਹੈਬਚੁਅਲ ਕ੍ਰਿਮੀਨਲ ਨੇ, ਵਾਰ ਵਾਰ ਕ੍ਰਾਈਮ ਕਰਦੇ, ਉਹਨਾਂ ਨੂੰ ਅਦਾਲਤਾਂ ਜ਼ਮਾਨਤ ਕਿਉਂ ਦੇਈ ਜਾਂਦੀਆਂ, ਜਿਹੜੇ ਕਿ ਸੁਸਾਇਟੀ ਲਈ ਖਤਰਾ ਬਣਦੇ ਨੇ ਬਾਅਦ 'ਚੋਂ ਆ ਕੇ। ਅੰਮ੍ਰਿਤਸਰ ਤੋਂ D4 ਨਿਊਜ਼ ਦੀ ਦੀਪਕ ਭੰਡਾਰੀ ਦੀ ਖਾਸ ਰਿਪੋਰਟ। ਆਪਣੇ 14/3 ਨੂੰ ਗੇਟ ਕੀਮਾ ਦੇ ਏਰੀਏ 'ਚ ਬੜਾ ਸੈਂਸੇਸ਼ਨਲ ਮਰਡਰ ਹੋਇਆ ਸੀ, ਕਾਫੀ ਮੀਡੀਆ 'ਚ ਵੀ ਉਹਦੇ ਬਾਰੇ ਆਇਆ ਚਰਚਾ ਕਿ ਕਿਸ ਤਰ੍ਹਾਂ ਇੱਕ ਮੁੰਡੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਸੰਬੰਧ 'ਚ ਜਿਹੜੀ ਜ਼ੀਰੋ ਟੋਲਰੈਂਸ ਪੋਲਿਸੀ ਹੈ ਸਾਡੀ ਗੈਂਗਸਟਰਸ ਅਤੇ ਕ੍ਰਿਮੀਨਲਸ ਦੇ ਖਿਲਾਫ਼, ਉਹਦੇ ਤਹਿਤ ਸਪੈਸ਼ਲ ਅਸੀਂ ਟੀਮਾਂ ਬਣਾਈਆਂ, ਔਰ ਸਾਡਾ ਜਿਹੜਾ ਮੇਨ ਕੰਮ ਹੈ ਪ੍ਰਵੈਂਸ਼ਨ ਡਿਟੈਕਸ਼ਨ ਦਾ, ਉਹਦੇ 'ਚ ਡਿਟੈਕਸ਼ਨ ਨੂੰ ਪ੍ਰਾਇਰਟੀ ਦਿੱਤੀ ਗਈ। ਡਾਕਟਰ ਪ੍ਰਗਿਆ ਜੈਨ ਸਾਡੇ DCP ਸਾਹਿਬ, ਮੈਡਮ ਡਾਕਟਰ ਦਰਪਨ, ACP ਸੁਰਿੰਦਰ ਜੀ, ਅਮੋਲਕ ਸਾਡੇ CI ਇੰਚਾਰਜ 1, ਔਰ ਸਤਨਾਮ ਸਿੰਘ ਜਿਹੜੇ SHO ਗੇਟ ਹਕੀਮਾ, ਸਾਰਿਆਂ ਨੇ ਵੱਖ ਵੱਖ ਤੌਰ 'ਤੇ ਆਪਣੇ ਆਪਣੇ ਅਸੀਂ ਰੋਲ ਦਿੱਤੇ, ਔਰ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਦੇ ਹੋਏ ਕੇਸ ਟਰੇਸ ਕੀਤਾ। 3 ਮੁਲਜ਼ਮ ਇਹ 'ਚ ਫੜੇ ਹੈ, ਇੱਕ ਤਾਂ ਸਾਹਿਲਪ੍ਰੀਤ ਏਲੀਅਸ ਸੋਹੀ ਹੈ, ਔਰ ਇਹਨੇ ਹੀ ਮੇਨ ਗੋਲੀ ਚਲਾਈ ਸੀ ਮੋਟਰਸਾਈਕਲ ਦੇ ਉੱਤੇ ਜਦੋਂ ਸਵਾਰ ਸੀਗੇ, ਨਾਲ ਅਭੀ ਗਿੱਲ ਹੈਗਾ, ਔਰ ਤੀਜਾ ਦੋਸ਼ੀ ਜਿਹੜਾ ਸੰਜੂ ਰੰਧਾਵਾ, ਇਹ ਸਾਰੀ ਕੌਨਸਪਿਰੇਸੀ ਦੇ ਵਿੱਚ ਸੀਗਾ। ਵਜ੍ਹਾ ਰੰਜਿਸ਼ ਇਹ ਪਤਾ ਲੱਗੀ ਕਿ ਉਸ ਦਿਨ ਮ੍ਰਿਤਕ ਅਤੇ ਉਹਦੇ 2 ਦੋਸਤ ਸੀਗੇ ਉਹਦੇ ਨਾਲ, ਇੱਕ ਦਾ ਨਾਂ ਹੈਗਾ ਸੰਜੂ ਡੌਨ, ਦੂਜਾ ਹੈਗਾ ਪੀਟਰ, ਇਹ ਵੀ ਕਾਰ 'ਚ ਸੀਗੇ, ਅਤੇ ਸਾਹਿਲਪ੍ਰੀਤ ਸੋਹੀ ਹੋਣਾਂ ਦੀ ਇਹਨਾਂ ਨਾਲ ਲਾਗਡਾਟ ਸੀਗੀ। ਉਸੇ ਸੰਬੰਧ ਦੇ ਵਿੱਚ ਜਦੋਂ ਇਹਨਾਂ ਦੇ ਕੋਲ ਦੀ ਨੰਗੇ ਅਤੇ ਉਹਨਾਂ ਦੇ ਮਗਰ ਲੱਗ ਗਏ, ਔਰ ਉਹਨਾਂ ਨੇ ਕਾਰ ਭਜਾਈ, ਕਾਰ ਭਜਾ ਕੇ ਗੇਟ ਹਕੀਮਾ ਚੌਂਕ ਕੋਲ ਜਦੋਂ ਆਏ ਅਤੇ ਉੱਤਰ ਕੇ ਭੱਜਣ ਲੱਗੇ ਅੰਦਰ ਪੁਲਿਸ ਸਟੇਸ਼ਨ ਵੱਲ, ਤਾਂ ਇਹਨਾਂ ਨੇ ਉੱਥੋਂ ਦੂਰੋਂ ਫਾਇਰ ਕੀਤਾ, ਜੋ ਕਿ ਮ੍ਰਿਤਕ ਜਿਹੜੇ ਹੈਗੇ ਆ ਵੇਨੂ ਰਾਜਵੀਰ ਸੇਠੀ ਉਲਫ ਵੇਨੂ, ਉਹਦੀ ਵਿਚਾਰੇ ਦੀ ਮੌਤ ਹੋ ਗਈ ਉਸ 'ਚ, ਅਤੇ ਉਹ ਜਿਹੜੇ ਦੂਸਰੇ 2 ਬੰਦੇ ਉਹ ਉਹਨਾਂ ਦੀ ਦੇ ਉੱਤੇ ਗੋਲੀ ਨਹੀਂ ਲੱਗੀ, ਬਚਾਅ ਹੋ ਗਿਆ। ਉਸ ਤੋਂ ਬਾਅਦ ਇਹ ਬੰਦੇ ਵੱਖ ਵੱਖ ਜਗ੍ਹਾ 'ਤੇ ਅਲੱਗ ਅਲੱਗ ਹੋ ਗਏ, ਔਰ ਸਾਹਿਲਪ੍ਰੀਤ ਜਿਹੜਾ ਸੋਹੀ ਹੈ, ਇਹ ਅਸੀਂ ਇਹਦੀ ਗ੍ਰਿਫਤਾਰੀ ਕੀਤੀ, ਸਾਡੀ CIA ਦੀ ਟੀਮ ਨੇ ਦਿੱਲੀ ਦੇ ਵਿੱਚ ਮੈਦਾਨ ਗੜੀ ਇੱਕ ਜਗ੍ਹਾ ਸਾਊਥ ਦਿੱਲੀ ਦੇ ਵਿੱਚ, ਉੱਥੋਂ ਜਾ ਕੇ ਗ੍ਰਿਫਤਾਰ ਕਰਕੇ ਲਿਆਂਦਾ, ਔਰ ਵੈਪਨ ਸਣੇ। ਉਸ ਤੋਂ ਬਾਅਦ ਜਿਹੜੇ ਦੂਜੇ ਅਭੈ ਅਤੇ ਦੂਜਾ ਹੈਗਾ ਸੰਜੂ ਰੰਧਾਵਾ, ਫਤਿਹਪੁਰ ਦੇ ਏਰੀਏ ਦੇ ਵਿੱਚ ਉਹ ਦੋਨੋਂ ਜਿਹੜਾ ਬਾਈਕ ਯੂਜ਼ ਹੋਇਆ ਸੀਗਾ ਵਾਰਦਾਤ ਦੇ ਵਿੱਚ, ਉਹ ਤੋਂ ਉਹ 'ਤੇ ਰਾਈਡ ਕਰਦੇ ਦੋਨੇ ਫੜੇ ਹੈ।
ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਇੱਕ ਮੰਨਦਾ ਕਿ ਕਿਉਂਕਿ ਇੱਕ ਸੈਂਸੇਸ਼ਨਲ ਟਾਈਪ ਦਾ ਕ੍ਰਾਈਮ ਹੋਇਆ ਸੀਗਾ। ਇਹਦੇ 'ਚ ਜਿਹੜੀ ਬੇਸਿਕ ਪੁੱਛਗਿੱਛ 'ਤੇ ਪਤਾ ਲੱਗਿਆ ਕਿ ਜਿਹੜਾ ਸਾਹਿਲਪ੍ਰੀਤ ਹੈਗਾ ਏਲੀਅਸ ਸੋਹੀ, ਇਹਦੇ ਖਿਲਾਫ 8 ਮੁਕੱਦਮੇ ਪਹਿਲਾਂ ਹੀ ਦਰਜ ਹੈ। ਲੇਟੈਸਟ ਜਿਹੜਾ ਮੁਕੱਦਮਾ ਹੈਗਾ ਉਹ 307 ਦਾ, ਇਹਨੇ ਇੱਕ ਪ੍ਰਿੰਸ ਨਾਮੀ ਵਿਅਕਤੀ ਦੇ ਘਰ ਜਾ ਕੇ ਗੋਲੀਆਂ ਚਲਾਈਆਂ ਸੀ ਬੀ ਡਿਵੀਜ਼ਨ ਦੇ ਵਿੱਚ। ਔਰ ਇਸ ਤੋਂ ਇਲਾਵਾ ਵੀ 307 ਦਾ 2021 ਦਾ ਵੀ ਇਹਦੇ ਖਿਲਾਫ ਪਰਚਾ ਦਰਜ ਹੈ ਬੀ ਡਿਵੀਜ਼ਨ 'ਚ ਹੀ। ਬਾਕੀ ਲੜਾਈ ਝਗੜੇ ਦੇ, ਕਬਜ਼ਿਆਂ ਦੇ, ਔਰ ਮਾਈਨਿੰਗ ਐਕਟ ਦਾ ਵੀ ਪਰਚਾ ਹੈ, ਗੋਲੀ ਚਲਾਉਣਾ ਅਸਲਾ ਐਕਟ, ਹਵਾਈ ਫਾਇਰ ਔਰ ਜਿਹੜੇ ਮੋਬਾਈਲ ਵਗੈਰਾ ਖੋਹਣੇ, ਸਾਰੇ ਕਈ ਤਰ੍ਹਾਂ ਦੇ ਹੀਨੀਅਸ ਕ੍ਰਾਈਮ ਜਿਹੜੇ ਸਾਹਿਲਪ੍ਰੀਤ ਸੋਹੀ ਦੇ ਪੁਰਾਣਾ ਕ੍ਰਿਮੀਨਲ ਰਿਕਾਰਡ ਦਰਸਾਉਂਦਾ। ਔਰ ਜਿਹੜਾ ਲੜਕਾ ਸੰਜੂ ਰੰਧਾਵਾ, ਇਹਦੇ ਖਿਲਾਫ ਵੀ 336 ਔਰ 25 ਆਰਮਜ਼ ਐਕਟ ਦਾ, ਅਸਲਾ ਐਕਟ ਦਾ, ਗੇਟ ਹਕੀਮਾਂ ਦਾ ਮੁਕੱਦਮਾ ਹੈ 2022 ਦਾ। ਸੋ ਕ੍ਰਿਮੀਨਲ ਬੈਂਟ ਆਫ ਮਾਈਂਡ ਦੇ ਬੰਦੇ ਆ। ਔਰ ਜਿਹੜਾ ਅਭੀ ਹੈ ਉਹਦੇ ਖਿਲਾਫ ਕ੍ਰਿਮੀਨਲ ਰਿਕਾਰਡ 'ਚ ਅਜੇ ਕੁਛ ਨਹੀਂ ਪਾਇਆ ਗਿਆ। ਇੱਕ ਜਾਂ ਦੋ ਸਾਥੀ ਇਹਨਾਂ ਦੇ ਹੋਰ ਰਹਿੰਦੇ ਆ। ਉਸ ਤੋਂ ਇਲਾਵਾ ਗੈਂਗ ਦੀ ਜਿਹੜੀ ਕੌਨਸਪਰੇਸੀ ਉਹਦੇ 'ਚ ਵੀ ਕਾਫੀ ਲੋਕ ਹੈਗੇ, ਜੋ FIR 'ਚ ਵੀ ਉਹਨਾਂ ਨੇ ਲਿਖਾਇਆ, ਉਹ ਸਾਰੇ ਹੁਣ ਉਸ 'ਤੇ ਸਪੈਸ਼ਲ ਟੀਮਾਂ ਸਾਡੀਆਂ ਵਰਕ ਕਰ ਰਹੀਆਂ। ਔਰ ਸਾਹਿਲਪ੍ਰੀਤ ਸੋਹੀ ਦਾ ਹੀ ਪਤਾ ਲੱਗਿਆ ਕਿ ਇਹਦਾ ਫਾਦਰ ਜਿਹੜਾ ਉਹ ਉਹਨਾਂ ਦੇ ਟਰੱਕ ਨੇ 3, ਅਤੇ ਜਿਵੇਂ ਸਪੋਇਲਡ ਬੱਚੇ ਹੁੰਦੇ ਆ ਉਸ ਤਰ੍ਹਾਂ ਦਾ ਇਹ ਹੈਗਾ। 12ਵੀਂ ਪਾਸ ਨੇ, ਤਕਰੀਬਨ 30 ਸਾਲ ਦੀ ਉਮਰ ਹੈ ਨਾ ਸਾਰਿਆਂ ਦਾ, ਔਰ ਕੋਈ 11ਵੀਂ ਹੈ, 12ਵੀਂ ਹੈ ਤਿੰਨਾਂ 'ਚੋਂ। ਔਰ ਮੇਨਲੀ ਇਹ ਕ੍ਰਾਈਮ ਅਤੇ ਜਿਹੜੀ ਆ ਗੈਂਗਸਟਰ ਕਲਚਰ ਦੇ ਵਿੱਚ ਹੀ ਤੁਰੇ ਫਿਰਦੇ ਆ। ਸੋ ਮੈਂ ਇਹ ਵੀ ਗੱਲ ਸਮਝਦਾ ਕਿ ਚਲੋ ਮਰਡਰ ਤਾਂ ਜਿਹੜਾ ਹੋਇਆ ਹੀ ਹੋਇਆ, ਟਰੇਸ ਬਹੁਤ ਅੱਛੀ ਕਾਮਯਾਬੀ ਹੈ ਸਾਰੀ ਟੀਮ ਦੀ। ਉਸ ਤੋਂ ਇਲਾਵਾ ਕ੍ਰਾਈਮ ਅੱਗੇ ਵੀ ਪ੍ਰੀਵੈਂਟ ਹੋਇਆ, ਬਿਕੋਜ਼ ਜਿਹੜੇ ਬੰਦੇ ਇਹੋ ਜਿਹੇ ਨਜਾਇਜ਼ ਪਿਸਤੌਲ ਲੈ ਕੇ ਘੁੰਮ ਰਹੇ ਔਰ ਇੰਨੇ ਮੁਕੱਦਮੇ ਉਹਨਾਂ ਦੇ ਖਿਲਾਫ ਦਰਜ ਹੈ, ਤਾਂ ਉਹ ਬਾਕੀ ਉਹਨਾਂ ਦੀ ਅਰੈਸਟ ਤੋਂ ਬਾਅਦ ਨੈਚੁਰਲੀ ਹੋਰ ਵੀ ਕ੍ਰਾਈਮ ਜਿਹੜਾ ਪ੍ਰੀਵੈਂਟ ਹੋਏਗਾ। ਦੇਖੋ ਵਜ੍ਹਾ ਰੰਜਿਸ਼ ਦੱਸੀ ਆ, ਜੇ ਕੋਈ ਗੈਂਗ ਵਾਰ ਵਾਲੀ ਤਾਂ ਬਿਲਕੁਲ ਗੱਲ ਨਹੀਂ ਹੈ, ਨਹੀਂ ਤਾਂ ਉਸ ਦਿਨ ਹੀ ਪਹਿਲੇ ਦਿਨ ਲਾਕਡਾਟ ਇਹੀ ਹੁੰਦੀ ਹੈ ਜੀ, ਜਦੋਂ ਕਿਸੇ ਬੰਦੇ ਦੀ ਜਦੋਂ ਲੜਾਈਆਂ ਝਗੜੇ ਆਪਾਂ ਕਰਦੇ ਹਾਂ, ਵਿਚਰਦੇ ਹਾਂ ਇੱਕ ਦੂਜੇ ਨਾਲ, ਤੁਹਾਨੂੰ ਵੀ ਸਾਰੀ ਗੱਲ ਸਮਝੀ ਹੈ, ਲਾਕਡਾਟ ਤਾਂ ਇਹੀ ਹੁੰਦੀ ਹੈ ਕਿ ਕਿਸੇ ਬੰਦੇ ਨਾਲ ਤੁਹਾਡੀ ਨਹੀਂ ਬਣਦੀ, ਜਾਂ ਤੁਸੀਂ ਉਹਨੂੰ ਆਪਣਾ ਓਪੋਨੈਂਟ ਮੰਨਦੇ ਹੋ, ਜਾਂ ਕਿਸੇ ਗੱਲ 'ਤੇ ਕਿਹਾ ਸੁਣੀ ਹੋਈ ਹੁੰਦੀ, ਉਹ ਸਾਰੀ ਗੱਲ ਹੁਣ ਤਫਤੀਸ਼ 'ਚ ਆਏਗੀ। ਪਾਰਟੀ ਵਾਪਸ ਆਈ ਹੈ ਦਿੱਲੀਓਂ, ਸਾਰਾ ਕਰਕੇ ਉਹਦੀ ਡਿਟੇਲ ਇੰਟਰੋਗੇਸ਼ਨ, ਹੁਣ ਇਹਦਾ ਰਿਮਾਂਡ ਲਿਆ ਜਾਊਗਾ ਔਰ ਸਾਰੀ ਗੱਲਬਾਤ ਕਰਾਂਗੇ। ਬਾਕੀ ਵੀ ਜਿਹੜੇ ਬੰਦਿਆਂ ਦੇ ਜਿਹੜੇ ਵੀ ਕੌਨਸਪਰੇਸੀ 'ਚ ਹੈਗੇ ਉਹ ਵੀ ਸਾਰੇ ਅਰੈਸਟ ਕਰਾਂਗੇ। ਅਜੇ ਤੱਕ ਕੋਈ ਆਇਆ ਨਹੀਂ ਸਾਹਮਣੇ, ਚੈੱਕ ਕਰਾ ਰਹੇ, ਵੈਸੇ ਮੈਨੂੰ ਅਜੇ ਤੱਕ ਕੋਈ ਸਾਹਮਣੇ ਆਈ ਨਹੀਂ ਗੱਲ ਇਹ। ਦੇਖੋ ਉਹਨੂੰ ਨਹੀਂ ਮਾਰੀ ਜੀ, ਮੈਂ ਤੁਹਾਨੂੰ ਉਹੀ ਦੱਸਿਆ ਦੋਨੋਂ ਨੂੰ ਵੀ, ਜਿਹੜਾ ਡੌਨ ਅਤੇ ਦੂਜਾ ਪ੍ਰਿੰਸ ਸੀਗਾ ਉਹ ਨਾਲ ਬੈਠੇ ਸੀ, ਉਹਨਾਂ ਨਾਲ ਰੰਜਿਸ਼ ਸੀ ਚਲਾਈ, ਉਹਨੇ ਉਹਨਾਂ ਵੱਲ ਗੋਲੀ ਸੀ ਲੱਗੀ ਇਹਦੇ। ਚਲੋ ਗੱਲ ਤਾਂ ਉਹੀ ਹੈ ਵੀ ਬੰਦੇ ਨੇ ਮਾਰ ਦੇਣ ਦੀ ਨੀਤ ਨਾਲ ਮਰਡਰ ਤਾਂ ਕਰ ਹੀ ਦਿੱਤਾ। ਦੇਖੋ ਭਾਜੀ ਉਹ ਤਾਂ ਕਾਨੂੰਨ ਦਾ ਇੱਕ ਸਿਸਟਮ ਹੈ, ਉਹ ਤਾਂ ਆਈ ਕਾਂਟ ਆਨਸਰ ਔਨ ਬਿਹਾਫ ਆਫ ਐਨੀ ਅਦਰ ਏਜੰਸੀ। ਸਾਡਾ ਕੰਮ ਹੈ ਕਿ ਅਸੀਂ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਦੇ ਖਿਲਾਫ ਐਕਸ਼ਨ ਲੈਂਦੇ ਰਹਿੰਦੇ ਹਾਂ ਸਿਰਫ, ਬਾਕੀ ਸਾਰੇ ਕੇਸਾਂ 'ਚ ਅਰੈਸਟਡ ਹੈ।
ਔਰ ਉਹ ਇੱਕ ਕੇਸ ਦੇ ਵਿੱਚ ਅਰੈਸਟ ਦੀ ਬਾਕੀ ਸੀ, ਉਹ ਪੁਲਿਸ ਮਗਰ ਲੱਗੀ ਹੋਈ ਸੀਗੀ। ਨਹੀਂ ਕਤਲ ਤਾਂ ਭਾਜੀ ਦੇਖੋ ਇਹਨਾਂ ਦੇ ਆਪਸ 'ਚ ਵਜ੍ਹਾ ਰੰਜਿਸ਼ ਹੈ, ਕੋਈ ਗੈਂਗ ਵਾਲੀ ਗੱਲ ਤਾਂ ਨਹੀਂ ਆਈ ਸਾਹਮਣੇ, ਪਰ ਊਂ ਲਾਗ ਡਾਟ ਸੀ ਜਿਵੇਂ ਕਿਸੇ ਨੇ ਕਿਸੇ ਵੱਲ ਉਹ ਕਹਿੰਦਾ ਜੀ ਅੱਖਾਂ ਕੱਢ ਰਹੇ ਸੀ ਜੀ ਫਲਾਨਾ ਕਰ ਰਹੇ, ਗੱਲ ਤਾਂ ਇੱਦਾਂ ਦੀ ਹੈ। ਪਰ ਜਦੋਂ ਆਪਾਂ ਇਲੀਗਲ ਆਰਮਸ ਆਪਣੇ ਕੋਲ ਆ ਜਾਂਦੇ ਆ ਉਹਦੇ ਨਾਲ ਆਪਾਂ ਕ੍ਰਾਈਮ ਵਾਲੀ ਦੁਨੀਆ 'ਚ ਤੁਰੇ ਫਿਰਦੇ ਹਾਂ, ਤਾਂ ਉਸ ਤਰ੍ਹਾਂ ਹੌਸਲਾ ਥੋੜ੍ਹਾ ਬੰਦੇ ਦਾ ਹੋਰ ਹੋ ਜਾਂਦਾ। ਜਿਵੇਂ ਆਪਾਂ ਅੱਠ ਮੁਕੱਦਮਿਆਂ ਦੀ ਗੱਲ ਕਰਦੇ ਹਾਂ, ਉਹਨਾਂ ਦੇ ਖਿਲਾਫ ਹੈ ਮੁਕੱਦਮੇ ਦਰਜ ਜੀ, ਉਹ ਵੀ ਤੁਹਾਨੂੰ ਅਸੀਂ ਸ਼ੇਅਰ ਕਰ ਦਿਆਂਗੇ। ਯਾਰ ਸਾਰੀ ਗੱਲ ਹੁਣ ਇਨਵੈਸਟੀਗੇਸ਼ਨ 'ਚ ਆ ਜਾਏਗੀ, ਅੱਜ ਤਾਂ ਤੁਹਾਨੂੰ ਤਾਜ਼ਾ ਬ੍ਰੇਕ ਕੀਤੀ ਹੈ ਨਿਊਜ਼, ਕਿਉਂਕਿ ਆਪਾਂ ਇਹ ਚਾਹੁੰਦੇ ਸੀ ਵੀ ਗੱਲ ਕਿਤੇ ਲੀਕੇਜ ਨਾ ਹੋ ਜੇ। ਹਾਂਜੀ 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 ਨਜਾਇਜ਼ ਭਾਜੀ ਉਹਦੇ 'ਚ ਦੇਖੋ ਉਹਨਾਂ ਨੇ 10-12 ਬੰਦੇ ਲਿਖਾਏ, ਉਹਨਾਂ ਦੀ ਮਦਰ ਨੇ ਜਿਹੜੇ ਡਿਜ਼ੀਜ਼ ਸੀਗੇ ਉਹ ਸਾਰੀ ਅਸੀਂ ਵੈਰੀਫਿਕੇਸ਼ਨ ਕਰ ਰਹੇ ਹਾਂ ਕਿ ਕਿੰਨੇ ਬੰਦੇ ਕੌਨਸਪਰੇਸੀ 'ਚ ਹੈ, ਕਿ ਕਿੱਦਾਂ ਮਤਲਬ ਉਹਨਾਂ ਨੂੰ ਨੌਲੇਜ ਸੀਗੀ ਜਾਂ ਉਹਨਾਂ ਨੂੰ ਪਤਾ ਸੀ ਵੀ ਆਪਾਂ ਇਹ ਕੰਮ ਕਰਨਾ, ਉਹ ਸਾਰੀ ਚੀਜ਼ ਇਨਵੈਸਟੀਗੇਸ਼ਨ ਦਾ ਪਾਰਟ ਹੈ, ਐਵੀਡੈਂਸ ਬੇਸਡ ਆਪਾਂ ਉਹਨਾਂ ਦੇ ਖਿਲਾਫ਼ ਐਕਸ਼ਨ ਕਰਾਂ। ਯਾਰ ਉਹ ਸਾਰੇ ਹੁਣ ਤੁਹਾਡੇ ਸਾਹਮਣੇ ਆਏ ਨੇ, ਜਦੋਂ ਇਹੀ ਮੇਨ ਹੀ ਆ ਗਿਆ ਸਾਰੀਆਂ ਗੱਲਾਂ ਕਲੀਅਰ ਹੋਣਗੀਆਂ। ਉਹ ਗੱਲ ਉਹ ਜਿਹਾ ਐਂਗਲ ਸਾਹਮਣੇ ਨਹੀਂ ਆਇਆ, ਤਾਂ ਬੜਾ ਕਲੀਅਰ ਐਂਗਲ ਆ ਹੀ ਗਿਆ ਆਪਣੇ ਕੋਲ, ਹਰ ਚੀਜ਼ ਕਲੀਅਰ ਹੋ ਗਈ ਹੈ ਔਰ ਮੈਂ ਆਈ ਫੀਲ ਹੈਪੀ ਕਿ ਇੰਨੀ ਜਲਦੀ ਇਹ ਸਾਰਾ। ਸਾਹਿਲਪ੍ਰੀਤ ਏਲੀਅਸ ਸੋਹੀ, ਹਾਂਜੀ ਨਹੀਂ ਇੱਕੋ 'ਚ ਵਾਂਟਡ ਸੀ ਲਾਸਟ ਵਾਲੇ 'ਚ, ਬੀ ਡਿਵੀਜ਼ਨ 'ਚ। ਥੈਂਕ ਯੂ, ਉਹ ਵੀ ਹੁਣ ਤੁਹਾਨੂੰ ਜਲਦੀ ਦੱਸਾਂਗੇ ਜੀ। ਥੈਂਕ ਯੂ।